بالله الحمد الرحيم. بسم الله الرحمن الرحيم. 8:30 ہو چکے ہیں, جماعت واسطے کھڑے ہونا, دو رکعت نماز ہونی ہے, پہلی رکعت 7 تکبیراں ہون گیاں, دوسری 5 ہون گیاں. تکبیراں دے درمیان لمبا وقفہ ہوگا جے دے اندر اللہ دی حمد تاں الحمدللہ کہو, رسول کریم علیہ السلام تے درود شریف, اور بعد پھر دعا. اے ہر تکبیر تو بعد ہوندا جانا, صرف اینا ہی کام وادو ہے اس نماز دے 7 اور 5 تکبیراں, باقی دوسری نماز ہی. اٹھو اللہ قبول فرمائے. اللہ الحمد الحمد لله رب العالمين والصلاة والسلام على سيدنا ومولانا محمد وآله وصحبه اجمعين. اما بعد, سامعین کرام, سنی نہ مصر و فلسطین میں وہ اذان میں نے, سنی نہ مصر و فلسطین میں وہ اذان میں نے, دیا تھا جس نے پہاڑوں کو راشائے سیما, وہ سجدہ روح زمین جس سے کام جاتی تھی, اسی کو آج ترستے ہیں منبر و محراب. سامعین کرام, عالم اسلام دے حالات تہاڈے سامنے آدھے بیان کرن دی ضرورت نہیں. مسلمان دے بچے دا دل زخمی ہے کہ مسلمان دا خون پانی نالوں بھی سستا اور ارزاں ہو گیا. اینی بے دردی نہ مسلمان قتل ہو رہا کہ گاجر موڑی بھی انہیں ظلم نہ نہیں کٹی جانتی, اور مسلمانوں تے بے حسی ਇੰਨੀ ਤਾਰੀ ਹੈ ਵੀ 57 ਮੁਸਲਮਾਨ ਮੁਲਕ ਆ, ਕਿਸੇ ਨੂੰ ਬੋਲਣ ਦੀ ਵੀ ਜ਼ਰੂਰਤ ਨਹੀਂ. ਬੇਕੀ ਹੋ ਰਿਹਾ. ਮੈਂ ਇਸ ਬਾਰੇ ਸਿਰਫ ਇੰਨਾ ਕਹਿਣਾ ਵੀ ਮੁਸਲਮਾਨਾਂ ਦੇ ਦਿਮਾਗ 'ਚ ਵੀ ਸਵਾਲ ਪੈਦਾ ਹੋਣਾ ਸ਼ੁਰੂ ਹੋ ਗਿਆ ਵੀ ਇਹੋ ਹੀ ਰਮਜ਼ਾਨ ਉਲ ਮੁਬਾਰਕ ਸੀ, ਉਹਦੀ 17 ਤਾਰੀਖ ਸੀ, ਮੁਸਲਮਾਨ ਸਿਰਫ 313 ਸੀ, ਉਹਨਾਂ ਕੋਲ ਹਥਿਆਰ ਵੀ ਬਹੁਤ ਥੋੜ੍ਹੇ ਸੀ, ਘੋੜੇ ਵੀ ਨਾ ਹੋਣ ਦੇ ਬਰਾਬਰ ਸੀ, ਮੁਕਾਬਲੇ 3 ਗੁਣਾ ਵੱਡੀ ਤਾਕਤ ਸੀ. ਮਗਰ ਮੁਸਲਮਾਨਾਂ ਦੀ ਮਦਦ ਲਈ ਅੱਲਾਹ ਦਾ 1000 ਫਰਿਸ਼ਤਾ ਉਤਰਿਆ, ਮੁਸਲਮਾਨਾਂ ਦੀ ਮਦਦ ਹੋਈ. ਇਹ ਗੱਲਾਂ ਜਿਹੜੀਆਂ ਇਹਨਾਂ ਤੋਂ ਖੁਦ ਸਾਡਾ ਯਕੀਨ ਵੀ ਮੁਤਜ਼ਲਜ਼ਲ ਹੋਣਾ ਸ਼ੁਰੂ ਹੋ ਗਿਆ ਵੀ ਹੁਣ ਉਹ ਖੁਦਾ ਕਿੱਥੇ ਹੈ ਅਤੇ ਹੁਣ ਉਹਦੇ ਫਰਿਸ਼ਤੇ ਕਿੱਥੇ ਆ, ਔਰ ਕੁਫਾਰ ਵੀ ਸ਼ਮਾਤਤ ਕਰਦੇ ਆ, ਠੱਠਾ ਕਰਦੇ ਆ ਵੀ ਮੁਸਲਮਾਨਾਂ ਦਾ ਅਗਰ ਦੀਨ ਸੱਚਾ ਤਾਂ ਹੁਣ ਇਹਨਾਂ ਦੀ ਮਦਦ ਲਈ ਇਹਨਾਂ ਦਾ ਖੁਦਾ ਕਿਉਂ ਨਹੀਂ ਆਉਂਦਾ. ਇਸ ਪਾਰੋਂ ਮੇਰਾ ਔਰ ਤੁਹਾਡਾ ਸਾਰਿਆਂ ਦਾ ਕੰਮ ਇਹ ਹੈ ਵੀ ਕਿਸੇ ਦੀ ਸ਼ਿਕਾਇਤ ਨਾ ਕਰੀਏ, ਕਿਸੇ ਨੂੰ ਬੜਾ ਕਹਿ ਕੇ ਆਪਣਾ ਦਿਲ ਨਾ ਐਵੇਂ ਜਿਹੜਾ ਮੁਤਮਿਨ ਕਰ ਲਈਏ ਵੀ ਫਲਾਣਾ ਸਾਡੇ ਨਾਲ ਕਰ ਰਿਹਾ. ਸਾਨੂੰ ਆਪਣੇ ਆਪ ਨੂੰ ਵੇਖਣਾ ਚਾਹੀਦਾ ਵੀ ਅਸੀਂ ਉਹ ਮੁਸਲਮਾਨ ਰਹਿ ਜਿਨ੍ਹਾਂ ਦੀ ਮਦਦ ਲਈ ਖੁਦਾ ਦੇ ਫਰਿਸ਼ਤੇ ਆਉਂਦੇ ਸੀ. ਜੇ ਅਸੀਂ ਉਹ ਨਹੀਂ ਰਹਿ ਤਾਂ ਸਾਡਾ ਇਹ ਗਿਲਾ ਕਰਨਾ, ਸਾਡਾ ਸੋਚਣਾ ਵੀ ਹੁਣ ਖੁਦਾ ਕਿੱਥੇ ਹੈ, ਇਹ ਝੂਠੀ ਗੱਲ ਹੈ. ਖੁਦਾ ਹੁਣ ਵੀ ਉਸੇ ਤਰ੍ਹਾਂ ਹੀ ਆ, ਉਹਦੇ ਫਰਿਸ਼ਤੇ ਵੀ ਉਸੇ ਤਰ੍ਹਾਂ, ਮਗਰ ਮੁਸਲਮਾਨ ਉਹ ਨਹੀਂ ਜਿਨ੍ਹਾਂ ਦੀ ਮਦਦ ਲਈ ਖੁਦਾ ਦੇ ਫਰਿਸ਼ਤੇ ਆਉਂਦੇ ਸੀ. ਫਜ਼ਾਏ ਬਦਰ ਪੈਦਾ ਕਰ ਫਰਿਸ਼ਤੇ ਤੇਰੀ ਨੁਸਰਤ ਕੋ, ਉਤਰ ਸਕਤੇ ਹੈ ਗਰਦੋਂ ਸੇ ਕਿਤਾਰ ਅੰਦਰ ਕਿਤਾਰ. ਫਰਿਸ਼ਤੇ ਉਹਨਾਂ ਹੀ ਅਲਰਟ ਆ ਤਾਂ ਉਹਨੇ ਵਰਦੀਆਂ ਪਹਿਣੀਆਂ, ਮਗਰ ਮੁਸਲਮਾਨ ਹੈ. ਰਮਜ਼ਾਨ ਮੁਬਾਰਕ ਦੇ ਦਿਨ ਆਉਂਦੇ ਆ, ਸ਼ਰਮ ਦੀ ਬਾਤ ਹੈ ਅਖਬਾਰ ਭਰਿਆ ਕਿ ਈਸਾਈਆਂ ਦਾ ਕ੍ਰਿਸਮਸ ਡੇ ਆਉਂਦਾ ਅਤੇ ਈਸਾਈ ਦੁਕਾਨਦਾਰ ਆਪਣੇ ਸੌਦੇ ਸਸਤੇ ਕਰ ਦਿੰਦੇ ਕਿ ਈਸਾਈ ਈਦ ਜਿਹੜੀ ਅੱਛੀ ਤਰ੍ਹਾਂ ਮਨਾਉਣ, ਮਗਰ ਮੁਸਲਮਾਨਾਂ ਦਾ ਰਮਜ਼ਾਨ ਆਉਂਦਾ ਅਤੇ ਕਮੇਟੀਆਂ ਵੀ ਬਣਦੀਆਂ, ਹਕੂਮਤ ਹੀ ਜ਼ੋਰ ਲਾਉਂਦੀ ਹੈ, ਨਾ ਮੁਰਾਦ ਲੋਕ ਕੀਮਤਾਂ 'ਚ ਇਜ਼ਾਫਾ ਕਰਦੇ, ਇਹੋ ਜਿਹਾ ਲੋਕ. ਔਰ ਰਮਜ਼ਾਨ ਸ਼ਰੀਫ ਹੁਣ ਗੁਜ਼ਰਿਆ, ਤੁਸੀਂ ਵੇਖਣਾ ਵੀ ਮਸਤਾਂ ਬੇਰੌਣਕ ਹੋ ਜਾਣੀਆਂ, ਨਮਾਜ਼ੀ ਕੱਟ ਜਾਣੇ ਆ. ਇਹੋ ਜਿਹਾ ਨਹੀਂ ਮਨ ਲਈ ਖੁਦਾ ਨੂੰ ਕੀ ਫਿਕਰ ਪਈ ਹੈ ਵੀ ਫਰਿਸ਼ਤੇ ਉਤਾਰਦਾ ਫਿਰੇ, ਇਹ ਜ਼ਲੀਲ ਹੋਣ, ਰਸਵਾ ਹੋਣ. ਹੁਣ ਅਗਰ ਗਾਲਬ ਦੀ ਜ਼ਬਾਨ 'ਚ ਗਿਲਾ ਕਰਨ, ਹੋ ਹੈ ਆਜ ਕਿਉਂ ਜ਼ਲੀਲ ਕਿ ਕੱਲ੍ਹ ਤੱਕ ਨਾ ਥੀ ਪਸੰਦ, ਹੈਂ ਗੁਸਤਾਖੀ ਹੈ ਫਰਿਸ਼ਤਾ ਹਮਾਰੀ ਜਨਾਬ ਨੇ. ਫਰਿਸ਼ਤਿਆਂ ਨੇ ਗੁਸਤਾਖੀ ਆਦਮ ਅਲੈਹਿਸਲਾਮ ਦੀ ਸ਼ਾਂਤ ਕਰਨ ਦੀ ਇਹ ਬਣਾਉਣ ਲੱਗਾ
ਅੱਲਾਹ ਨੇ ਡਾਂਟ ਦਿੱਤੀ ਕਿ ਤੁਸੀਂ ਕੌਣ, ਯਾਨੀ ਸਾਡੇ ਬਾਰੇ ਫਰਿਸ਼ਤਿਆਂ ਗੁਨਾਹ ਸੁਣਨਾ ਚਾਹਿਆ, ਹੁਣ ਛਿੱਤਰ ਪੈ ਰਿਹਾ ਔਰ ਖੁਦਾ ਕੋਈ ਨਹੀਂ ਪਤਾ ਕਰ ਰਿਹਾ। ਇਸ ਪਾਰੋਂ ਕਿਸੇ ਦੀ ਸ਼ਿਕਾਇਤ ਦੀ ਬਜਾਏ ਮੁਸਲਮਾਨਾਂ ਨੂੰ ਆਪਣਾ ਮੂੰਹ ਸ਼ੀਸ਼ੇ 'ਚ ਵੇਖਣਾ ਚਾਹੀਦਾ ਵੀ ਕੋਈ ਸਲਾਮ ਪੱਲੇ ਹੈ। ਵਜ਼ਾ ਮੈਂ ਤੁਮ ਹੋ ਨਸਾਰਾ ਤੋ ਤਮੱਦਨ ਮੈਂ ਯਹੂਦ, ਤੁਮ ਮੁਸਲਮਾਨ ਹੋ ਜਿਹਨੇ ਦੇਖ ਕੇ ਸ਼ਰਮਾਏ ਹਨ। ਕਾਫਰਾਂ ਨੂੰ ਸ਼ਰਮ ਆਉਂਦੀ ਆ ਵੀ ਸਾਡਾ ਕੋਈ ਕਰੈਕਟਰ ਹੈਗਾ, ਸਾਡੀ ਕੋਈ ਜ਼ਬਾਨ ਹੈਗੀ ਆ, ਵਾਅਦੇ ਦੇ ਝੂਠੇ ਦੇ ਚੀਜ਼ਾਂ ਦੀ ਮਿਲਾਵਟ ਕਰਨ ਵਾਲੇ, ਅਤੇ ਮੁੜ ਕੇ ਖੁਦਾ ਕੋ ਮਦਦ ਮੰਗਦੇ ਔਰ ਖੁਦਾ ਦੀ ਮਦਦ ਨਹੀਂ ਆਉਂਦੀ। ਅਤੇ ਫਿਰ ਕਿੰਨੇ ਨੇਕ ਲੋਕ ਆ ਜਿਹਨਾਂ ਨੇ ਕਈ ਵਾਰੀ ਮੈਨੂੰ ਕਿਹਾ ਵੀ ਮੌਲੀ ਸਾਹਿਬ ਬੇਸੈਦ ਦੀ ਤਸ਼ਰੀਹ ਕਰੋ, ਵਾਨ ਤੁਮਰਾ ਲਾਉਣਾ ਇਨ ਕੁੰਤ ਮੋਮਿਨ। ਅੱਲਾਹ ਦੇ ਕੁਰਾਨ ਚਾਹੁੰਦਾ ਵੀ ਤੁਸੀਂ ਮੋਮਿਨ ਹੋਵੋਗੇ ਅਤੇ ਤੁਸੀਂ ਦੁਨੀਆ 'ਤੇ ਗਾਲਬ ਰਹੋਗੇ। ਇਹ ਗੱਲ ਕੀ ਆ ਹੁਣ ਗਾਲਬ ਕੋਈ ਨਹੀਂ, ਵੀ ਮੋਮਿਨ ਹੁੰਦੇ ਤਾਂ ਗਾਲਬ ਰਹਿੰਦੇ, ਮੋਮਿਨ ਕੋਈ ਹੈ ਈਮਾਨ ਹੁੰਦਾ ਬਿਲਕੁਲ। ਹੁਣ ਵੀ ਅੱਲਾਹ ਤਾਲਾ ਦੀਆਂ ਫੌਜਾਂ ਉਸੇ ਤਰ੍ਹਾਂ ਨਾਲ ਹੀ ਤਿਆਰ, ਔਰ ਖੁਦਾ ਦੇ ਸਾਹਮਣੇ ਦੁਨੀਆ ਜਹਾਨ ਦੇ ਐਟਮ ਬੰਬ ਅਤੇ ਫੌਜਾਂ ਕੁਛ ਵੀ ਨਹੀਂ ਕਰ ਸਕਦੀਆਂ, ਉਹ ਫੂਕ ਮਾਰ ਕੇ ਉਡਾ ਸਕਦਾ, ਮਗਰ ਮੁਸਲਮਾਨ ਤਾਂ ਹੋਵੇ। ਮੈਂ ਮੁਖਤਰਨ ਦੋ ਤਿੰਨ ਵਾਕਿਆ ਤੁਹਾਡੀ ਖਿਦਮਤ ਅਰਜ਼ ਕਰਾਂ ਵੀ ਮੁਸਲਮਾਨ ਲੱਭੋ ਵੀ ਹੈਗੇ ਆ, ਹੁਣ ਇਹ ਦੁਨੀਆ 'ਚ ਮੁਸਲਮਾਨ ਹੈਗੇ ਹੈ। ਇਸੇ ਨੂੰ ਅਲਾਮਾ ਇਕਬਾਲ ਬਣਾਉਂਦਾ, ਤੂੰ ਕੀ ਆਉਣਾ ਤੇਰਾ ਆਪਣੇ ਆਬਾ ਨਾਲ, ਤੁਝੇ ਆਬਾ ਸੇ ਆਪਣੇ ਕੋਈ ਨਿਸਬਤ ਹੋ ਨਹੀਂ ਸਕਦੀ, ਇੱਕ ਪਾਸੇ ਆਪਣੇ ਵੱਡੇ ਰੱਖ, ਇੱਕ ਪਾਸੇ ਆਪਣਾ ਵੇਖ, ਫਿਰ ਵੇਖ ਵੀ ਹੈ ਕੋਈ ਕੁਛ ਉਹਨਾਂ ਦਾ ਲੱਗਦਾ, ਕੋਈ ਮੁਸਲਮਾਨੀ ਨਜ਼ਰ ਆਉਂਦੀ ਹੈ। ਤੁਝੇ ਆਬਾ ਸੇ ਆਪਣੇ ਕੋਈ ਨਿਸਬਤ ਹੋ ਨਹੀਂ ਸਕਦੀ, ਕਿ ਤੂੰ ਗੁਫਤਾਰ ਵੋ ਕਿਰਦਾਰ, ਤੂੰ ਸਾਬਿਤ ਵੋ ਸਈਆ, ਤੂੰ ਗੱਲਾਂ ਹੀ ਮੇਰੀਆਂ ਕਰ ਸਕਦਾ, ਅਤੇ ਕਾਨਫਰੰਸਾਂ ਹੁੰਦੀਆਂ ਅਤੇ ਟੈਲੀਵਿਜ਼ਨ 'ਤੇ ਤੂੰ ਕੁਰਾਨ ਮਜੀਦ ਦੀ ਤਲਾਵਤ ਸੁਣ ਲੈਂਦਾ, ਅਤੇ ਥੋੜ੍ਹੀ ਜਾਂਦੀਆਂ ਨਾਤਾਂ ਆ ਜਾਂਦੀਆਂ ਅਤੇ ਖੁਸ਼ ਹੋਣਾ ਅੱਲਾਹ ਰਸੂਲ ਨੂੰ ਠੱਗ ਲਿਆ। ਇਹ ਆ ਦੀਨ, ਦੀਨ ਜਿਹੜਾ ਸੀ ਉਹਨਾਂ ਨੇ ਨਾ ਨਾਤਾਂ ਪੜੀਆਂ ਅਤੇ ਨਾ ਤਲਾਵਤਾਂ ਕੀਤੀਆਂ, ਉਹਨਾਂ ਨੇ ਦੁਨੀਆ ਦਾ ਨੇਕ ਬਣ ਕੇ ਦੁਨੀਆ ਨੂੰ ਖਾਇਆ। ਇਹਨੇ ਕੀ ਹੈ, ਇਮਾਮ ਇਬਨੇ ਜੌਦੀ ਰਹਿਮਤੁੱਲਾਹ ਦਾ ਬਹੁਤ ਬੜਾ ਇਮਾਮ ਹੈ, ਔਰ ਉਹਨੇ ਇੱਕ ਬੜੀ ਕੀਮਤੀ ਕਿਤਾਬ ਲਿਖੀ ਹੈ, ਕਿਸੇ ਨੂੰ ਤੌਫੀਕ ਹੋਵੇ ਤਾਂ ਉਹਨੂੰ ਪੜ੍ਹੇ ਸਿਫਾ ਤੋਂ ਸਫਾ, ਕਿ ਸਹਾਬਾ ਕਿਰਾਮ ਰੱਬਾਂ 'ਚ ਜਿੰਨੇ ਔਲੀਆ ਨੇਕ ਲੋਕ ਹੋਏ ਉਹਨਾਂ ਦੇ ਹਾਲਾਤ ਬਿਆਨ ਕੀਤੇ, ਚੋਟੀ ਦੇ ਲੋਕਾਂ ਦੇ ਹਾਲਾਤ। ਉਹਦੇ ਅੰਦਰ ਲਿਖਦੇ ਹਨ ਕਿ ਇੱਕ ਦਿਨ ਹਜ਼ਰਤ ਸੈਯਦਨਾ ਉਮਰ ਇਬਨ ਖੱਤਾਬ ਰਜ਼ੀ ਅੱਲਾਹ ਅਨਹੁ ਦਾ ਜ਼ਮਾਨਾ ਹਕੂਮਤ ਹੈ, ਹੁਕਮਰਾਨ ਹੈ, ਅਤੇ ਹਜ਼ਰਤ ਤਲਾ ਰਜ਼ੀ ਅੱਲਾਹ ਤਾਲਾ ਨੇ ਦੇਖਿਆ ਵੀ ਉਮਰ ਰਾਤ ਦੇ ਵਕਤ ਕਿਸੇ ਘਰ ਨੂੰ ਰੋਜ਼ ਚਲਾ ਜਾਂਦਾ, ਦੇਖਣਾ ਤਾਂ ਮੈਂ ਔਰ ਤੁਸੀਂ ਸ਼ਰਮ ਨਾਲ ਨਹੀਂ ਡੁੱਬਣਾ ਵੀ ਕੋਈ ਮੁਸਲਮਾਨੀ ਇੱਕ ਤਾਂ ਹੈਗੀ ਹੈ, ਕਾਹਦੇ ਨਾਲ ਅਸੀਂ ਖੁਦਾ ਕੋਲ ਦਾਵਾ ਕਰੀਏ ਵੀ ਤੂੰ ਸਾਡੀ ਮਦਦ ਕਰ। ਵਰਨਾ ਕੀ ਮੁਹੰਮਦ ਸੇ ਵਫਾ ਤੂ ਨੇ ਤੋ ਹਮ ਤੇਰੇ ਹੈ, ਯੇ ਜਹਾਂ ਚੀਜ਼ ਹੈ ਕਿਆ ਲਾਹੋ ਕਰਮ ਅਤੇ ਅਰਸ਼ ਅਤੇ ਤਾਂ ਤੋ ਸਰਾਹ ਤੱਕ ਤੁਹਾਡਾ ਜੇ ਖੁਦਾ ਦੇ ਬਣ ਜਾਓ। ਤੋ ਹਜ਼ਰਤ ਤਲਾ ਰਜ਼ੀ ਅੱਲਾਹ ਦੇ ਜ਼ਿਹਨ 'ਚ ਤਜੱਸਸ ਪੈਦਾ ਹੋਇਆ ਕਿ ਉਮਰ ਰਾਤ ਨੂੰ ਕਿੱਧਰ ਜਾਂਦਾ ਰੋਜ਼, ਵਕਤ ਦਾ ਹੁਕਮਰਾਨ, ਔਰ ਉਹਨੇ ਜਾ ਕੇ ਜਿੱਥੇ ਉਮਰ ਨਿਕਲ ਗਿਆ ਰਜ਼ੀ ਅੱਲਾਹ ਤਾਲਾ ਨੂੰ, ਅਤੇ ਗਾਇਆ ਤਾਂ ਉੱਥੇ ਇੱਕ ਮਾਈ ਸੀ ਜਿਹੜੀ ਅੱਖਾਂ ਤੋਂ ਅੰਨੀ ਸੀ ਅਤੇ ਲੂਲੀ ਲੰਗੜੀ ਸੀ ਅਪਾਹਜ। ਉਹਨੂੰ ਪੁੱਛਿਆ, ਅੰਮਾ ਇਹ ਬੰਦਾ ਕਦੋਂ ਦਾ ਤੇਰੇ ਕੋ ਆਉਂਦਾ? ਅੰਮਾ ਨੂੰ ਵੀ ਨਹੀਂ ਪਤਾ ਵੀ ਇਹ ਮੁਸਲਮਾਨਾਂ ਦਾ ਹੁਕਮਰਾਨ, ਇਹ ਖਲੀਫਾ। ਅੰਮਾ ਨੇ ਕਿਹਾ, ਪੁੱਤਰ ਕਈ ਜ਼ਮਾਨਾ ਹੋ ਗਿਆ ਵੀ ਇਹ ਰੋਜ਼ ਬੰਦਾ ਆਉਂਦਾ ਔਰ ਮੇਰੀ ਖਿਦਮਤ ਕਰਕੇ ਮੇਰੇ ਘਰ ਦਾ ਕੂੜਾ ਸਾਫ਼ ਕਰ ਦਿੰਦਾ। ਹਜ਼ਰਤ ਤਲਾ ਨੇ ਕਿਹਾ, ਇਹੋ ਜਿਹੇ ਲੋਕ ਜਿਹੜੇ ਇਹਨਾਂ ਦੀ ਹਕੂਮਤ ਦੀ ਕਿਉਂ ਖੁਦਾ ਮਦਦ ਨਾ ਕਰੇ ਔਰ ਦੁਸ਼ਮਣ ਬੁਰੀ ਨਜ਼ਰ ਉਠਾਉਣ ਤੇ ਲਾ ਕੇ ਉਹਨਾਂ ਦੀ ਅੱਖਾਂ ਕੱਢ। ਉਮਰ ਜਿਹੜਾ ਜਾ ਕੇ ਉਹਦੇ ਝਾੜੂ ਦੇ ਵੀ ਅੰਨੀ ਔਰਤ ਦੇ ਔਰ ਉਹਦੇ ਖਾਣੇ ਪੀਣੇ ਦਾ ਬੰਦੋਬਸਤ ਕਰੇ। ਪਰ ਮਾਮੇ ਗਜ਼ਾਲੀ ਇਹ ਜਿਹਾ ਉਹਨਾਂ ਨੂੰ ਦੀਨ ਚੱਲ, ਇਹ ਸਿਰਫ ਹੁਣ ਹਕਾਇਤਾਂ ਜਿਹਨਾਂ ਨੂੰ ਦੁਨੀਆ ਹੁਣ ਨਹੀਂ ਮੰਨਦੀ, ਉਹਦੇ ਝੂਠ ਬੋਲਦੇ ਜਿਹਨਾਂ ਤੁਹਾਡੇ ਵੱਡੇ ਕੁਛ ਹੀ ਐਵੇਂ ਗੱਲਾਂ ਬਣਾਈਆਂ, ਹੁਣ ਕਿਉਂ ਨਹੀਂ? ਬਾਕੀ ਮੁਸਲਮਾਨ ਜਿਹੜੇ ਖੁਦ ਦੀਨ ਦੀ ਬਦਨਾਮੀ ਦਾ ਬਾਇਸ, ਸਾਡੇ ਮੂੰਹ ਕਾਲੇ ਆ ਜਿਸ ਤੋਂ ਦੁਨੀਆ ਅੰਦਾਜ਼ਾ ਲਾਉਂਦੀ ਹੈ, ਜਿਹਨਾਂ ਦੇ ਵੱਡੇ ਵੀ ਕੋਈ ਨਹੀਂ ਸੀ, ਐਵੇਂ ਇਹਨਾਂ ਨੇ ਅਫਸਾਨੇ ਬਣਾਏ। ਇਹ ਜਾ ਉਲਮਦੀਨ ਅਤੇ ਮਾਮੇ ਗਜ਼ਾਲੀ ਰਹਿਮਤੁੱਲਾਹ ਅਲੈਹ ਫਰਮਾਉਂਦੇ, ਤੁਹਾਡੇ 'ਚੋਂ ਬਹੁਤ ਲੋਕ ਆ ਜਿਹੜੇ ਕਰੋੜਪਤੀ ਜਾਂ ਲੱਖਪਤੀ ਮਗਰ ਤੌਫੀਕ ਨਹੀਂ ਕਿਸੇ ਗਰੀਬ ਦੀ ਖਬਰ ਲੈ, ਉਹਨਾਂ ਦੇ ਗੁਆਂਢ 'ਚ ਜਿਹੜੀਆਂ ਨਾ ਬੱਚੀਆਂ ਬੈਠੀਆਂ
ਉਹਨਾਂ ਨੂੰ ਫਿਕਰ ਨਹੀਂ, ਆਪਣੀਆਂ ਬੱਚਿਆਂ ਦੀਆਂ ਸ਼ਾਦੀਆਂ 'ਤੇ ਲੱਖਾਂ ਖਰਚ ਉੱਡ ਰਿਹਾ, ਕਿਸੇ ਨੇ ਇੰਨਾ ਮਿਲ ਚਲੋ 10-20 ਹਜ਼ਾਰ ਹੀ ਗਏ, ਗਰੀਬ ਮਰ ਰਿਹਾ ਕੋਈ ਨਹੀਂ। ਤਾਂ ਫਰਮਾਉਂਦੇ ਹਜ਼ਰਤ ਅਲੀ ਰਜ਼ੀ ਅੱਲਾਹ ਦਾ ਦਰਵਾਜ਼ਾ ਆਖ ਰਿਹਾ, ਮੈਂ ਅਲੀ ਕਿਉਂ ਅਲੀ ਦਰ ਸਾਜ਼ਬਾਨਾਂ ਨੇ ਸ਼ੇਖ ਗਰਦ ਨੇ ਮਰਹਬ ਸ਼ਿਕਨ ਗਏ ਖੈਬਰ ਬਣੀ। ਅਲਾਮਾ ਇਕਬਾਲ ਫਰਮਾਉਂਦੇ ਅਲੀ ਕੋਈ ਉੱਥੇ ਪਰੌਂਠੇ ਖਾਂਦਾ ਸੀ, ਮੁਰਗ ਤਲੇ ਖਾਂਦਾ ਸੀ, ਜੌਂ ਦੀ ਰੋਟੀ ਸੁੱਕੀ, ਔਰ ਉਹ ਵੀ ਸੱਤੂ ਜਿਹੜੇ ਸੀ ਨਾ ਕੁੱਟ ਕੇ ਰੱਖੇ, ਔਰ ਉਸ ਥੈਲੀ 'ਤੇ ਮੋਹਰ ਲਾਈ ਵੀ ਇਹਨੂੰ ਮੇਰੇ ਪੁੱਤਰ ਖੋਲਣ। ਅਤੇ ਲੋਕਾਂ ਨੇ ਪੁੱਛਿਆ ਅਮੀਰੁਲ ਮੋਮਿਨ ਇਹਦੇ ਬਾਰੇ ਤੁਹਾਨੂੰ ਕੀ ਫਿਕਰ ਹੈ ਵੀ ਕਿਸੇ ਨੇ ਖਾ ਲੈਣਾ, ਇਹਨੂੰ ਤਾਂ ਕੋਈ ਮੂੰਹ ਵੀ ਨਹੀਂ ਲਾਉਣਾ, ਤੁਸੀਂ ਸੀਲ ਕਰਕੇ ਰੱਖ ਲਓ। ਪਰ ਮੈਂ ਇਹ ਹਸਨ ਹੁਸੈਨ ਤੋਂ ਡਰ ਆਉਂਦਾ ਜਿਲ੍ਹਾ ਨਮਾ, ਕਿਤੇ ਇਹਦੇ 'ਚ ਕੋਈ ਸ਼ਹਿ ਜਾਂ ਕਿਹਰਾ ਮਿਲਾ ਦੇਣ ਅਤੇ ਉਹਦਾ ਲਿਹਾਜ਼ ਕਰਕੇ ਮੈਂ ਸੁੱਕੀ ਪਾ, ਤਾਂ ਕਿ ਉਮਰ ਦਾ ਪਤਾ ਰਵੇ ਵੀ ਗਰੀਬਾਂ 'ਤੇ ਕੀ ਗੁਜ਼ਰਨੀ। ਅਤੇ ਮਾਂ ਫਰਮਾਉਂਦੇ ਵੀ ਆਦਮੀ ਆਇਆ ਦਰਵਾਜ਼ਾ ਖਟਖਟਾਇਆ, ਹਜ਼ਰਤ ਅਲੀ ਰਜ਼ੀ ਅੱਲਾਹ ਅਨਹੁ ਨੇ ਪੁੱਛਿਆ, ਪਰੇਸ਼ਾਨ ਆਦਮੀ ਸੁਣਿਆ ਕਿ 400 ਦਿਰਹਮ ਕਿਸੇ ਦਾ ਕਰਜ਼ਾ ਦੇਣਾ, ਮੇਰੇ ਪੱਲੇ ਕੁਛ ਨਹੀਂ, ਮੈਨੂੰ ਤੰਗ ਕੀਤਾ। ਅਮੀਰ ਮੋਮਿਨ ਉਸੇ ਵੇ ਗਏ, 400 ਦਿਰਹਮ ਉਹਦੇ ਕੋਲ ਲਿਆ ਕੇ ਉਹਦੇ ਹਵਾਲੇ ਕੀਤਾ, ਅਤੇ ਘਰ ਗਿਆ ਅਤੇ ਬੜੇ ਪਰੇਸ਼ਾਨ ਅਤੇ ਅੱਖਾਂ 'ਚੋਂ ਆਸੂ ਬਹਿੰਦੇ ਸੀ। ਅਤੇ ਕਰਜ਼ਿਆਂ ਨੇ ਆਖਿਆ ਅਮੀਰ ਮੋਮਿਨ ਜੇ 400 ਰੁਪਈਆ ਦੇਣਾ ਤੈਨੂੰ ਚੰਗਾ ਨਹੀਂ ਲੱਗਾ, ਦੇਣਾ ਹੀ ਕਿਉਂ, ਰੋਣਾ। ਪਰ ਮੈਂ ਰੋਂਦਾ ਇਸ 'ਤੇ ਨਹੀਂ ਵੀ 400 ਰੁਪਈਆ ਦਿੱਤਾ, ਰੋਣਾ ਇਸ 'ਤੇ ਮੇਰੇ ਭਰਾ ਦੀ ਮੈਂ ਖਬਰ ਨਹੀਂ ਲੈ ਸਕਿਆ, ਤੈਨੂੰ ਤੰਗ ਆ ਕੇ ਮੇਰੇ ਬੂਹੇ 'ਚ ਆਉਣਾ ਪਿਆ। ਉਹਨੂੰ ਆ ਕੇ ਗੱਲ ਸੁਣਾਉਣੀ ਪਈ, ਮੇਰਾ ਗੁਣਾ, ਮੇਰਾ ਕੰਮ ਸੀ ਪਤਾ ਰੱਖਦਾ ਕੌਣ ਦੁਖੀ ਹੈ ਜਿਹੜਾ ਮੈਂ ਨਹੀਂ ਕੀਤਾ, ਮੈਂ ਇਹਦੇ 'ਤੇ ਰੋਣਾ ਕਿ ਅਲੀ ਤੇਰਾ ਕੰਮ ਸੀ ਗਰੀਬਾਂ ਦੀ ਖਬਰ ਲੈਂਦਾ, ਇਹ ਗਰੀਬ ਇੰਨਾ ਤੰਗ ਹੋਇਆ ਮੈਂ ਜਾ ਕੇ ਨੇ ਆਪਣੀ ਗੱਲ ਸੀ। ਬਈ ਇਹ ਮੇਰੇ ਭਰਾ ਬਜ਼ੁਰਗੋ ਤੁਹਾਡੇ ਮੁਸਲਮਾਨ ਵੱਡੇ ਸੀ, ਜਿਹਨਾਂ ਲਈ ਫਰਿਸ਼ਤੇ ਉੱਤਰਦੇ ਸੀ, ਜਿਹਨਾਂ ਲਈ ਅੱਲਾਹ ਨੂੰ ਅਰਸ਼ 'ਤੇ ਫਿਕਰ ਸੀ, ਇਹਨਾਂ ਨੂੰ ਨਾ ਕੋਈ ਛੇੜ ਸਕੇ। ਜਦੋਂ ਅਸੀਂ ਉਹਦੇ ਨਹੀਂ ਰਹੇ, ਹੈਂ ਵੋ ਮੁਅੱਜ਼ਜ਼ ਥੇ ਜ਼ਮਾਨੇ ਮੇਂ ਮੁਸਲਮਾਂ ਹੋ ਕਰ, ਔਰ ਹਮ ਖਾਰ ਹੋਏ ਤਾਰ ਕੇ ਕੁਰਾਨ ਹੋ ਕਰ, ਕੁਰਾਨ ਛੱਡ ਦਿੱਤਾ, ਸਾਡੇ ਨਾਲ ਰੱਬ ਦੀ ਕਦੀ ਰਿਸ਼ਤੇਦਾਰੀ, ਇੱਕ ਮੁੰਡਾ ਮੰਗਿਆ ਕੋਈ ਨਹੀਂ, ਉਹਦੀ ਸਾਰੀ ਮਖਲੂਕ ਫਿਰ ਬਰਾਬਰ ਆ, ਉਹ ਕਾਫਰਾਂ ਕੋਲ ਜੁੱਤੀਆਂ ਸਾਨੂੰ ਮਰਵਾਏ ਹੱਕ ਬਣ। ਇਹ ਬਿਲਕੁਲ ਇਸ ਤਰ੍ਹਾਂ ਜਿਵੇਂ ਪਿੰਡ ਦੇ ਨੰਬਰਦਾਰ ਨੂੰ ਹਕੂਮਤ ਦੇ ਕਿਸੇ ਕਸੂਰ ਤੋਂ ਕਮੀ ਕੋਲੋਂ ਖਿੱਤਰ ਮਰਾਵੇ ਹੋ, ਅਤੇ ਜਿਹੜੀਆਂ ਉਮਤਾਂ ਕਮੀ ਸੀ ਅੱਜ ਉਹ ਸਾਡੇ ਸਿਰ 'ਤੇ ਸਵਾਰ ਆ, ਔਰ ਅਸੀਂ ਸਾਰੇ ਘਰੋਂ ਘਰੀ ਬੈਠੇ ਕੰਮਦੇ ਹਾਂ ਵੀ ਉਹ ਸੁਪਰ ਪਾਵਰ ਆ, ਉਹਨਾਂ ਨਾ ਵਿਗਾੜੋ। ਬਈ ਇੱਦਾਂ ਹੀ ਹੋਣੀ, ਜਦੋਂ ਅੱਲਾਹ ਨੂੰ ਛੱਡ ਦਿੱਤਾ, ਇਕਬਾਲ ਆਉਂਦੇ ਉਹ ਸਜਦੇ ਦਾ ਪਤਾ ਹੀ ਤੈਨੂੰ, ਸਜਦਾ ਏ ਕਜ਼ਬੈ ਜ਼ਮੀਨ ਅਰਜ਼ੀ ਦਾਸ ਬਰ ਮੁਰਾਦ ਮੇਰਾ ਮਾਂ ਗਰੀ ਦਾਸ, ਤੂੰ ਵੀ ਹੁਣ ਨਮਾਜ਼ ਪੜ੍ਹਨਾ ਸਜਦੇ ਕਰਨਾ। ਇੱਕ ਉਹ ਵੀ ਸਜਦਾ ਸੀ ਜਿਹੜਾ ਸਜਦੇ ਜਦੋਂ ਮੁਸਲਮਾਨ ਜਾਂਦਾ ਜ਼ਮੀਨ ਕੰਬਦੀ ਸੀ, ਔਰ ਉਹ ਜਾਂਦਾ ਸੀ ਸੂਰਜ ਨੂੰ ਪਲਟਣਾ ਚਾਹੀਦਾ, ਚੰਦ ਨੂੰ ਟੁਕੜੇ ਹੋਣਾ ਚਾਹੀਦਾ, ਅੱਲਾਹ ਉਹ ਕੰਮ ਕਰ ਦਿੰਦਾ। ਉਹ ਸਜਦਾ ਹੁਣ ਕਿੱਥੇ, ਈ ਜ਼ਮਾਨ ਜੋ ਸਰ ਬਜ਼ੇਰੀ ਹੈ ਚਨੇਸ ਅੰਦਰੂ ਜੋ ਜ਼ੋ ਫਕੀਰੀ ਹੈ ਚਨੇਸ, ਹੁਣ ਉਹ ਸਜਦਾ ਕੀ ਹੈ ਵੀ ਜਿਵੇਂ ਬੁੱਢੇ ਕੋਲ ਨਹੀਂ ਉੱਠਿਆ ਜਾਂਦਾ, ਇਹ 'ਚੋਂ ਡਿੱਗਾਂ ਤਾਂ ਸਿਰ ਵੀ ਨਹੀਂ ਚੁੱਕ ਸਕਦਾ, ਸਿਵਾਏ ਕਮਜ਼ੋਰ ਬੁੱਢੇ ਦੇ ਸਜਦੇ ਦੇ ਕੱਖ ਵੀ ਨਹੀਂ ਵਿੱਚ। ਹਾਂ ਸ਼ਿਕੋ ਹੈ ਰੱਬੇ ਅਲਾਲਾ ਕੁਜ਼ਾਸ, ਉਹ ਰੋਬਾ ਦਾਬ ਜਦੋਂ ਕਹਿੰਦਾ ਸੀ ਮੇਰਾ ਰੱਬ ਸਭ ਤੋਂ ਆਲਾ, ਮੈਂ ਕਿਸੇ ਤੋਂ ਕਿਉਂ ਡਰਾਂ ਘਬਰਾਵਾਂ, ਮੇਰੇ ਰੱਬ ਦੀ ਤਾਕਤ ਤੋਂ ਵੱਡੀ ਕੋਈ ਤਾਕਤ, ਹੁਣ ਉਹ ਕਿੱਥੇ। ਈ ਗੁਨਾਹ ਹੈ ਉਸ ਯਾ ਤਕਸੀਰ ਹੈ ਮਾਲ, ਗੱਲ ਕਰੇ ਰੱਬ ਦਾ ਗੁਨਾਹ ਇਹ ਕਸੂਰ ਤੇਰਾ, ਕਸੂਰ ਮੇਰਾ ਲੱਪਣਾ ਨਹੀਂ ਰੱਬ ਨੂੰ ਰਾਜ਼ੀ ਰੱਖਿਆ ਨਾਰਾਜ਼, ਇਸ ਤੋਂ ਇਹ ਸਾਰਾ ਸਲੂਕ ਹੋਣਾ ਹੈ, ਔਰ ਇਹਦਾ ਇਲਾਜ ਕੋਈ ਨਹੀਂ, ਤੁਸੀਂ ਬੁਰਾ ਕਲਾ ਪੜੋ, ਬਦ ਦੁਆਵਾਂ ਕਰੋ, ਕੁਛ ਵੀ ਨਹੀਂ, ਆਪਣੇ ਆਪ ਨੂੰ ਦੁਬਾਰਾ ਮੁਸਲਮਾਨ ਬਣਾਓ, ਹੈਂ ਫਿਰ ਰਸੂਲ ਵਾਲਾ ਤਰੀਕਾ ਅਪਣਾ ਲਓ। ਜਿਵੇਂ ਰਮਜ਼ਾਨ 'ਚ ਆ ਜਾਂਦੇ, ਜੇ ਮਸਲਾਂ ਸਾਰਾ ਸਾਲ ਕਿਤੇ ਬੰਦ ਹੋ ਗਈ, ਫਿਰ ਨਹੀਂ ਇਹਨਾਂ ਦਾ ਹੁਕਮ 5 ਵਕਤ ਨਮਾਜ਼ ਦਾ, ਅੱਲਾਹ ਦਾ ਮਾਰੋ ਦੌਲੋ ਖਰਚ ਕਰੋ। ਇਹ ਮੇਰੀਆਂ ਭੈਣਾਂ ਵੀ ਸੁਣਦੀਆਂ, ਇੱਕ ਵਾਕਿਆ ਉਹਨਾਂ ਦੀ ਗਰਜ਼ ਕਰ ਦਿਆਂ, ਇਹਦੀਆਂ ਮਾਵਾਂ ਕਿਤੇ ਹੈਗੀਆਂ, ਅਬਦੁੱਲਾ ਇਬਨ ਜ਼ੁਬੈਰ ਰਜ਼ੀ ਅੱਲਾਹ ਅਨਹੁ ਦਾ ਮੁਹਾਸਰਾ, ਔਰ ਮੁਸਲਮਾਨਾਂ ਨਾ ਮੁਰਾਦਾਂ ਨੇ ਮੱਕੇ 'ਚ ਹੀ ਘੇਰਿਆ ਅੱਲਾਹ ਤਾਲਾ ਦੇ ਸ਼ਹਿਰ 'ਚ ਮਸਜਿਦ ਹਰਾਮ, ਪੁੱਤਰ ਭਰਾ ਸਾਥ ਛੱਡ ਗਿਆ। ਵਕਤ ਵੇਖ ਕੇ ਨਾਜ਼ੁਕ ਸਾਰਿਆਂ ਨੇ ਮਾਫ਼ੀ ਮੰਗ ਲਈ ਹਜਾਜ ਬਿਨ ਯੂਸਫ ਕੋ, ਅਬਦੁੱਲਾ ਬਿਨ ਜ਼ੁਬੈਰ ਤਨਾ ਰਹਿ ਗਏ, ਮਾਂ ਕੋ ਗਏ, ਮਾਂ ਨਾ ਬੀਨੀ ਹੋ ਚੁੱਕੀ ਸੀ। ਮੈਂ ਅਸਮਾ ਬਿਨ ਤੇ ਅਬੀ ਬਕਰ, ਹਜ਼ਰਤ ਅਬੂ ਬਕਰ ਸਿੱਦੀਕ ਦੀ ਵੱਡੀ ਬੇਟੀ, ਅੰਮਾ ਐਸ਼ਾ ਦੀ ਵੱਡੀ ਭੈਣ, ਜਾ ਕੇ ਪੁੱਛਿਆ ਨਾ ਬੀਨੀ ਸੀ,
ਅੰਮਾ ਗੱਲ ਕਰ ਸਕੇ ਪੁੱਤਰ ਭਰਾ ਜਿਹੜਾ ਉਹਨੇ ਮਾਫ਼ੀ ਮੰਗ ਲਈ ਹੈ ਪਨਾਹ ਲੈ ਲਈ ਹੈ, ਮੈਨੂੰ ਕੀ ਆਣੀ? ਮਾਂ ਨੇ ਆਖਿਆ ਬੇਟਾ ਗੱਲ ਸੁਣ, ਅਗਰ ਤੂੰ ਅੱਲਾਹ ਦੇ ਦੀਨ ਵਾਸਤੇ ਉੱਠਿਆ ਸੀ ਤਾਂ ਫਿਰ ਮੈਨੂੰ ਪੁੱਛਣ ਦੀ ਲੋੜ ਨਹੀਂ, ਜਾਨ ਦੇ ਦੀ ਚੁੱਕੀ ਨਾ, ਫਿਰ ਨਾ ਸਰ ਚੁਕਾਈ, ਅਤੇ ਜੇ ਤੂੰ ਦੁਨੀਆਂ ਵਾਸਤੇ ਲੋਕਾਂ ਨੂੰ ਮਗਰ ਲਾਇਆ ਸੀ ਨਾ ਤਾਂ ਆਪਣਾ ਆਪ ਹੀ ਬਰਬਾਦ ਕੀਤਾ ਸੀ ਦੋਨਾਂ ਨੂੰ, ਇਹ ਤੂੰ ਫੈਸਲਾ ਆਪ ਕਰ, ਤੇਰੀ ਨੀਅਤ ਕੀ ਹੈ? ਜੇ ਹੱਕ 'ਤੇ ਨਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਸਿਰ ਹੀ ਕੱਟਿਆ ਜਾਣਾ। ਔਰ ਬਾਅਦ ਕੱਟਿਆ ਵੀ ਗਿਆ, ਮਹੀਨਾ ਲਾਸ਼ ਦਰਖਤ 'ਤੇ ਲਟਕਦੀ ਰਹੀ ਸਹੀ ਮੁਸਲਮ 'ਚ, ਅੰਮਾ ਨਾਲ ਲੈ ਕੇ ਲਾਉਂਦੀ ਨੂੰ ਹੱਥ ਟਕਰਾ ਕੇ ਗਈ, ਔਰ ਉਹਨੂੰ ਪੁੱਛਿਆ ਉਸੇ ਗਮ ਨਾਲੇ ਕਿਹਾ ਬਜੇ ਵਕਤ ਨਹੀਂ ਆਇਆ ਵੀ ਸਵਾਰ ਸਵਾਰੀ ਤੋਂ ਉਤਰਾ, ਅਤੇ ਮੁਸਲਮਾਨਾਂ ਦੀ ਜ਼ਾਲਮ ਹਕੂਮਤ ਦੇ ਮਹੀਨੇ ਬਾਅਦ ਉਤਾਰਿਆ ਅਤੇ ਯਹੂਦੀਆਂ ਦੀ ਕਬਰਾਂ 'ਚ ਮੱਥਿਓਂ ਬਾਹਰ ਸੜਕਾਂ ਦਫ਼ਾ ਨਹੀਂ ਕਰਨ, ਸਾਹਬੀ ਰਸੂਲਾਂ ਇਸ ਰੂਪ ਹੋਇਆ। ਮਗਰ ਅੰਮਾ ਨੇ ਹੱਥ ਫੇਰ ਕੇ ਦੇਖਿਆ ਅਤੇ ਪੁੱਤ ਨੇ ਹੇਠਾਂ ਢਾਲ ਪਈ ਨਹੀਂ, ਕਮੀਜ਼ ਦੇ ਥੱਲੇ ਢਾਲ ਕੇ ਪੀਰ ਔਰ ਨਿਜ਼ਾ ਸਨਾ ਕਰੇ, ਅਤੇ ਹੱਥ ਫੇਰ ਕੇ ਕਹਿਣ ਲੱਗੀ, ਅਬਦੁੱਲਾ ਜਿਹੜੇ ਰੱਬ ਦੇ ਰਾਹ ਜਾਣਦੇ ਨਿਕਲਦੇ ਉਹ ਟਾਹਲਾ ਨਹੀਂ ਪੈਣ। ਇਹੋ ਜਿਹੀਆਂ ਮਾਵਾਂ ਸੀ ਅਤੇ ਇਹੋ ਜਿਹੇ ਭਾਈ ਗਰੀਬਾਂ ਦੀ ਖਬਰ ਲੈਣ ਵਾਲੇ ਸੀ ਖਲੀਫੇ, ਜਿਹਨਾਂ ਦੀ ਰੱਬ ਮਦਦ ਕਰਦਾ ਜਦੋਂ ਮੇਰੇ ਤੁਹਾਡੇ ਪੱਲੇ ਹੈ ਨਹੀਂ, ਅਤੇ ਰੱਬ ਦਾ ਨਾ ਗਿਰਾ ਕਰੋ ਅਤੇ ਨਾ ਇਹਨਾਂ ਚੀਜ਼ਾਂ ਨੂੰ ਝੁਠਲਾਓ, ਵੀ ਨਹੀਂ ਇਹ ਗੱਲਾਂ ਪਹਿਲੀਆਂ ਝੂਠੀਆਂ ਨਹੀਂ, ਬਿਲਕੁਲ ਸੱਚੀਆਂ ਔਰ ਹੁਣ ਵੀ ਸੱਚੀਆਂ ਹੋ ਸਕਦੀਆਂ ਜੇ ਅਸੀਂ ਆਪਣੇ ਆਪ ਨੂੰ ਬਣਾਈ, ਅਤੇ ਜੇ ਨਹੀਂ ਨਾ ਤਾਂ ਇਹਦੇ ਤੋਂ ਬਦਤਰ ਹਾਲਾਤ ਆਉਣੇ ਆ। ਇਹਦੇ ਸਿਵਾਏ ਦੇ ਬਿਆਲਾਂ ਕੋਲੋਂ ਦੁਆ ਕੀਤੇ ਵੀ ਆਲਾ ਸਾਨੂੰ ਤੌਬਾ ਦੀ ਤੌਫੀਕ ਦੇ ਅਤੇ ਮੁੜ ਜਾਈਏ ਨਾ ਹਰਕਤਾਂ ਤੋਂ, ਤੇਰੇ ਬੰਦੇ ਬਣ ਜਾਈਏ। ਵਾਖਿਰ ਉਦਾਵਨ ਅਲਹਮਦੁਲਿਲਾਹ ਰੱਬਿਲ ਆਲਮੀਨ ਵਸੱਲੱਲਾਹੁ ਤਾਲਾ ਖੈਰ ਖਲਕੀ ਸੈਯਦਨਾ ਵ ਮੌਲਾਨਾ ਮੁਹੰਮਦਿਨ ਵ ਆਲਿਹਿ ਵ ਅਸਹਾਬਿ ਅਜਮਈਨ। ربنا فرغ علينا صبرا وثبت اقدامنا وانصرنا على القوم الكافرين ربنا لا تجعلنا فتنة للقوم الظالمين ونجنا برحمتك من القوم الكافرين اللهم انصر الاسلام والمسلمين واخذل الكفرة والمشركين يا حي يا قيوم برحمتك نستغيث اصلح لنا شأننا كله ولا تكلنا الى انفسنا طرفة عين اللهم استعملنا بسنة نبيك وتوفنا على ملته واعذنا من مضلات الفتن اللهم وفقنا لما تحب وترضى واجعل آخرتنا خيرا من الأولى اللهم ألف بين قلوبنا وأصلح ذات بيننا اللهم ألف بين قلوبنا وأصلح ذات بيننا اللهم ارزقنا طيبا واستعملنا صالحا وصلى الله تعالى على عبد الله ورسوله خاتم النبيين سيدنا ونبينا ومولانا محمد وآله وأصحابه اجمعين آمين يا رب.